ਸ਼ਿਕਾਲ ਜੀ ਮੇਰੇ ਵੱਲੋਂ ਯਾਨੀ ਕਿ ਜਸਵਿੰਦਰ ਚੀਮਾ ਵੱਲੋਂ ਤੁਹਾਨੂੰ ਆਪਣੇ YouTube ਚੈਨਲ ਦੀ ਸ਼ੁਰੂਆਤ ਕਰਨ ਲੱਗੀ ਆ ਤੇ ਕੀ ਕਹਿੰਦੇ ਹੁੰਨੇ ਉਹਨੂੰ ਹਰ ਗੁਰਜੀਤ ਜੀ ਸ਼ੁਰੂਆਤ ਵੀ ਮਿੱਠੇ ਤੋਂ ਕਰ ਰਹੀ ਹਾਂ ਕਿਉਂਕਿ ਮੈਂ ਅੱਜ ਬਣਾ ਰਹੀ ਹਾਂ ਜਲੇਬੀਆਂ ਤੇ ਮੰਮੀ ਕਹਿੰਦੇ ਇੱਕ ਟੀਸਪੂਨ ਛੋਟਾ ਟੀਸਪੂਨ ਹੋ ਗਿਆ ਬੇਕਿੰਗ ਪਾਊਡਰ ਪਾਉਣਾ ਹਾਏ ਉੱਡ ਗਿਆ थोड़ा जिन हार्ड कर बैटर बिलकुल चली रही ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਯਾਨੀ ਕਿ ਜਸਵਿੰਦਰ ਚੀਮਾ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਹੈ ਜਸਵਿੰਦਰ ਚੀਮਾ ਵਰਲਡ ਤੁਹਾਡੀ ਆਪਣੀ ਜਸਵਿੰਦਰ ਚੀਮਾ ਜਿਹਨੂੰ ਤੁਸੀਂ ਕੁੜੀ ਪੰਜਾਬ ਦੀ ਕਹਿੰਦੇ ਹੋ ਜਾਂ ਫਿਰ ਗਿੱਲੋ ਕਹਿੰਦੇ ਹੋ ਸੋ ਮੇਰੀ ਜਰਨੀ TV 'ਚ ਫਿਲਮਾਂ 'ਚ ਤਾਂ ਬਹੁਤ ਵਧੀਆ ਰਹੀ ਹੈ ਪਰ ਹੁਣ ਮੈਂ ਸੋਚਿਆ ਕਿ YouTube 'ਤੇ ਵੀ ਆਵਾਂ ਅਤੇ ਇਹ ਸਾਰਾ ਰਾਜ਼ ਜਿਹੜਾ YouTube 'ਤੇ ਆਉਣ ਦਾ ਉਹਦਾ ਉਹ ਰਾਜ਼ ਹੈ ਨਾ ਜਿਹੜਾ ਉਹ ਗੁਰਜੀਤ ਸਿੰਘ ਨੂੰ ਹੀ ਪਤਾ ਕਿਉਂਕਿ ਉਹ ਤਾਂ YouTube ਬਣਾਉਂਦੇ ਰਹਿੰਦੇ ਨੇ ਸੋ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵੀ YouTube 'ਤੇ ਆਓ ਤੁਸੀਂ ਆਪਣੀ ਲਾਈਫ ਬਾਰੇ ਜੋ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕਰੋ ਸੋ ਮੈਂ ਸੋਚਿਆ ਮੈਂ ਆਪਣਾ YouTube ਚੈਨਲ ਬਣਾਵਾਂ ਅਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਵਾਂ ਕਿਉਂਕਿ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਸਕਿਨ ਦੇ ਰਿਗਾਰਡਿੰਗ ਘਰ ਦੇ ਵਿੱਚ ਹੋਮ ਰੈਮਡੀਜ਼ ਯੂਜ਼ ਕਰਨ ਦਾ ਬਹੁਤ ਸ਼ੌਂਕ ਹੈ ਫਿਰ ਹੋਰ ਛੋਟੀ ਛੋਟੀਆਂ ਚੀਜ਼ਾਂ ਕਰਨ ਦਾ ਬਹੁਤ ਸ਼ੌਂਕ ਹੈ ਤਾਂ ਮੈਂ ਸੋਚਿਆ ਕਿ ਕਿਉਂ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਅਤੇ ਅੱਜ ਹੁਣ ਜਦੋਂ ਮੈਂ ਆਪਣੇ YouTube ਚੈਨਲ ਦੀ ਸ਼ੁਰੂਆਤ ਕਰਨ ਲੱਗੀ ਹਾਂ ਅਤੇ ਕੀ ਕਹਿੰਦੇ ਹੁੰਦੇ ਉਹਨੂੰ ਹਰ ਗੁਰਜੀਤ ਜੀ ਮਿੱਠੇ ਵੀ ਹੋਤੀ ਹੈ ਅੱਜ ਮੈਂ ਆਪਣੇ YouTube ਚੈਨਲ ਦੀ ਸ਼ੁਰੂਆਤ ਵੀ ਮਿੱਠੇ ਤੋਂ ਕਰ ਰਹੀ ਹਾਂ ਕਿਉਂਕਿ ਮੈਂ ਅੱਜ ਬਣਾ ਰਹੀ ਹਾਂ ਜਲੇਬੀਆਂ ਯਮੀ ਜਲੇਬੀਆਂ ਜਲੇਬੀਆਂ ਬਣਾ ਕੇ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਾਂਗੇ ਕਿ ਕਿੱਦਾਂ ਬਣਾਈਆਂ ਉਹਦੇ ਵਿੱਚ ਆਪਾਂ ਕੀ ਯੂਜ਼ ਕੀਤਾ ਹੈ ਨਾ ਵਧੀਆ ਲੱਗੇਗਾ ਤੁਹਾਨੂੰ ਕਿ ਨਹੀਂ ਮੰਮੀ ਕਹਿੰਦੇ ਮੰਮੀ ਵਾਪਸ ਚਲੇ ਗਏ ਮੰਮੀ ਤੁਸੀਂ ਹੋ ਗਏ ਫ੍ਰੀ ਹੈ ਉੱਚੀ ਬੋਲਿਓ ਅੱਛਾ ਠੀਕ ਹੈ ਜੀ ਮਤਲਬ ਮੈਂ ਐਕਚੁਅਲੀ ਜਲੇਬੀਆਂ ਬਣਾਉਣ ਲੱਗੀ ਸੀ ਮੰਮੀ ਕਹਿੰਦੇ ਕਿ ਹਾਂਜੀ ਬਾਏ ਬਾਏ ਜਲੇਬੀਆਂ ਬਣਾਉਣ ਲੱਗੀ ਸੀ ਮੰਮੀ ਕਹਿੰਦੇ ਪੁੱਤਰ ਰਸੋਈ ਚਲਾ ਦੇ ਪੌਣੇ ਘੰਟੇ ਬਾਅਦ ਆਈ ਕਿਉਂਕਿ ਸਾਡਾ ਅਸੀਂ ਕੈਮਰਾ ਲਾਈਕਾ ਚੁੱਕੇ ਤੁਰ ਪੈਂਦੇ ਹੁੰਦੇ ਹਾਂ ਮੰਮੀ ਕਹਿੰਦੇ ਬਾਅਦ ਆਇਓ ਸੋ ਮੈਂ ਸੋਚਿਆ ਕਿ ਜਿੰਨੀ ਦੇਰ ਤੱਕ ਮੰਮੀ ਰਸੋਈ ਦੇ ਵਿੱਚ ਫਰੀ ਹੁੰਦੇ ਨੇ ਮੈਂ ਤੁਹਾਡੇ ਨਾਲ ਇੰਗਰੀਡੀਐਂਟਸ ਬਾਰੇ ਗੱਲਬਾਤ ਕਰਦੀ ਹਾਂ ਆਪਣੇ ਚੈਨਲ ਬਾਰੇ ਤੁਹਾਨੂੰ ਦੱਸ ਦਿੰਦੀ ਹਾਂ ਬਹੁਤ ਗੱਲਾਂ ਮਾਰ ਲਈਆਂ ਮੈਂ ਬਹੁਤ ਬੋਲ ਲਿਆ ਮੈਂ ਅਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦੇ ਇੰਗਰੀਡੀਐਂਟਸ ਕੀ ਆ ਮੈਂ ਪੂਰੇ ਤਿਆਰ ਕਰਕੇ ਟ੍ਰੇ ਸਜਾ ਕੇ ਤੁਹਾਡੇ ਲਈ ਲਿਆਂਦੀ ਹੈ ਇੱਕ ਕੱਪ ਖੰਡ ਪੈਣੀ ਹੈ ਜੀ ਸ਼ੂਗਰ ਅਤੇ ਇਹ ਹੈਗੀ ਹੈ ਵੈਸੇ ਚਾਸ਼ਨੀ ਬਣਾਉਣ ਵਾਸਤੇ ਸੋ ਇੱਕ ਕੱਪ ਖੰਡ ਦੇ ਵਿੱਚ ਇੱਕ ਕੱਪ ਪਾਣੀ ਆਪਾਂ ਪਾ ਕੇ ਉਹਨੂੰ ਬੋਇਲ ਕਰ ਲੈਣਾ ਉਹਦੀ ਚਾਸ਼ਨੀ ਬਣ ਜਾਣੀ ਹੈ ਕਿਉਂਕਿ ਜਲੇਬੀਆਂ ਜਦੋਂ ਵੀ ਆਪਾਂ ਬਣਾਉਣੀ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਚਾਸ਼ਨੀ ਦੇ ਵਿੱਚ ਡਿਪ ਕਰਨਾ ਆ ਫਿਰ ਇੱਕ ਕੱਪ ਮੈਦੇ ਦੀਆਂ ਹੀ ਬਣਦੀਆਂ ਨੇ ਜਲੇਬੀਆਂ ਉਹਦੇ ਵਿੱਚ ਦਹੀਂ 2 ਸਪੂਨ ਦਹੀਂ ਦੇ ਮਤਲਬ 1/4 ਕੱਪ ਦਹੀਂ ਦਾ ਹੈ ਨਾ 1 ਚਮਚ ਜਾਂ 2 ਚਮਚ ਤੁਸੀਂ ਉਹ 'ਚ ਪਾਉਣਾ ਆ ਫਿਰ 1 ਟੀਸਪੂਨ ਛੋਟਾ ਟੀਸਪੂਨ ਹੋ ਗਿਆ ਬੇਕਿੰਗ ਪਾਊਡਰ ਪਾਉਣਾ ਹਾਏ ਉੱਡ ਗਿਆ ਬੇਕਿੰਗ ਪਾਊਡਰ ਪਾਉਣਾ ਆ ਫਿਰ ਆਹ ਪਾਉਣਾ ਇਹਨੂੰ ਕੀ ਕਹਿੰਦੇ ਹੁੰਦੇ ਆਪਣਾ ਮਿੱਠਾ ਰੰਗ ਹੀ ਕਹਿੰਦੇ ਨਾ ਫੂਡ ਕਲਰ ਹੋ ਗਿਆ ਡਰਾਈ ਫੂਡ ਕਲਰ ਹੈ ਉਹ ਮਿੱਠੇ ਚੌਲ ਨਹੀਂ ਬਣਾਉਂਦੇ ਹੁੰਦੇ ਮੰਮੀ ਗੁਰਜੀਤ ਜੀ ਸਹੀ ਹੈ ਨਾ ਉਹੀ ਸੋ ਇਹ ਰੰਗ ਅਸੀਂ ਯੂਜ਼ ਕਰਾਂਗੇ ਕਿਉਂਕਿ ਜਲੇਬੀਆਂ ਫਿਰ ਚਿੱਟੇ ਰੰਗ ਦੀਆਂ ਅਤੇ ਚੰਗੀਆਂ ਲੱਗਣੀਆਂ ਨਹੀਂ ਹਨਾ ਔਰੇਂਜ ਕਲਰ ਦੀ ਜਲੇਬੀਆਂ ਬਣਾਵਾਂਗੇ ਸੋ ਹੁਣ ਆਪਾਂ ਪਤਾ ਕੀ ਕਰਦੇ ਹਾਂ ਮੇਰੇ ਖਿਆਲ ਮੰਮੀ ਤੁਹਾਨੂੰ ਦੁਬਾਈ ਕਹਿ ਗਈ ਹੈ ਫ੍ਰੀ ਹੋ ਗਏ ਮੇਰੇ ਸੋਚੋ ਆਪਾਂ ਚੱਲਦੇ ਹਾਂ ਅਤੇ ਪਹਿਲਾਂ ਬਣਾਉਂਦੇ ਹਾਂ ਚਾਸ਼ਨੀ ਸੋ ਚਾਸ਼ਨੀ ਬਣਾ ਕੇ ਸਾਈਡ 'ਤੇ ਰੱਖਾਂਗੇ ਫਿਰ ਆਪਾਂ ਬਣਾਉਣਾ ਬੈਟਰ ਮਤਲਬ ਜਲੇਬੀਆਂ ਦੇ ਵਾਸਤੇ ਆਪਾਂ ਮੈਦਾ ਥੋੜ੍ਹਾ ਜਿਹਾ ਦਹੀਂ ਪਾ ਕੇ ਉਹਨੂੰ ਹਲਕਾ ਹਲਕਾ ਪਾਣੀ ਪਾ ਕੇ ਮਿਕਸ ਕਰਨਾ ਅਤੇ ਬੈਟਰ ਨਾਲ ਜ਼ਿਆਦਾ ਸੰਘਣਾ ਸੋ ਫਲੋਇੰਗ ਫਲੋਇੰਗ ਕਪੈਸਿਟੀ ਹੁੰਦੀ ਕੀ ਕਹਿੰਦੇ ਉਹਨੂੰ ਮਤਲਬ ਹਲਕਾ ਹਲਕਾ ਗਿਰਦਾ ਹੋਵੇ ਉਹ ਦੱਸ ਦਿਓ ਮੈਂ ਤੁਹਾਨੂੰ ਬਣਾ ਕੇ ਦਿਖਾ ਦੂੰਗੀ ਸੋ ਆਪਾਂ ਸ਼ੁਰੂ ਕਰਦੇ ਹਾਂ ਸੋ ਲੈਟਸ ਸਟਾਰਟ ਐਂਡ ਥੈਂਕ ਯੂ ਸੋ ਮੱਚ ਤੁਸੀਂ ਹਮੇਸ਼ਾ ਹੀ ਬਹੁਤ ਸਾਰਾ ਪਿਆਰ ਦਿੱਤਾ ਮੇਰੀਆਂ ਮੂਵੀਜ਼ ਨੂੰ ਐਂਡ ਹਮੇਸ਼ਾ ਹੀ ਮੈਨੂੰ ਐਪਰੀਸ਼ੀਏਟ ਬਹੁਤ ਕੀਤਾ ਸੋ ਅੱਜ ਮੇਰੀ ਨਵੀਂ ਜਰਨੀ ਸ਼ੁਰੂ ਹੋਣ ਜਾ ਰਹੀ ਹੈ ਐਂਡ ਹੋਪਫੁਲੀ ਤੁਸੀਂ ਮੇਰਾ ਇੱਥੇ ਵੀ ਸਾਥ ਦਿਓਗੇ ਐਂਡ ਬਹੁਤ ਸਾਰੇ ਛੋਟੇ ਵਧੀਆ ਛੋਟੇ ਛੋਟੇ ਵਲੋਗਸ ਜਾਂ ਥੋੜ੍ਹੇ ਲੰਬੇ ਵਲੋਗਸ ਵੀ ਤੁਹਾਡੇ ਸਾਹਮਣੇ ਆਉਣਗੇ ਐਂਡ ਲੈਟਸ ਸਟਾਰਟ ਐਂਡ ਥੈਂਕ ਯੂ ਫੋਰ ਜੁਆਇਨਿੰਗ ਜਸਵਿੰਦਰ ਚੀਮਾ ਵਰਲਡ ਸ਼ੁਰੂ ਕਰਦੇ ਹਾਂ ਓਕੇ ਸੋ ਅਸੀਂ ਇਹ 'ਚ ਪਾਵਾਂਗੇ ਜੀ ਹੁਣ ਇੱਕ ਕੱਪ ਪਾਣੀ ਹੈ
ਫਿਰ ਚ ਪਾਵਾਂਗੇ ਜੀ 1 ਕੱਪ ਸ਼ੂਗਰ। ਸੋ ਅਸੀਂ ਹੁਣ ਇਹਨੂੰ ਬੋਇਲ ਹੋਣ ਵਾਸਤੇ ਰੱਖ ਦਿੱਤਾ। ਇਹ ਹੁਣ ਦੇਖੋ ਬੋਇਲ ਹੋ ਕੇ ਇਹਨੇ ਬਹੁਤ ਘੈਂਟ ਜੀ ਚਾਸ਼ਨੀ ਬਣ ਜਾਣਾ। ਫਿਰ ਇਹਨੂੰ ਅਸੀਂ ਕਿਸੇ ਬਰਤਨ ਦੇ ਵਿੱਚ ਕੱਢ ਦਾਂਗੇ। ਉਸ ਤੋਂ ਬਾਅਦ ਅਸੀਂ ਜਲੇਬੀਆਂ ਬਣਾ ਕੇ ਇਸ ਚਾਸ਼ਨੀ ਦੇ ਵਿੱਚ ਉਹਨੂੰ ਜਲੇਬੀਆਂ ਨੂੰ ਪਾਉਣਾ। ਜਲੇਬੀਆਂ ਖਾ ਕੇ ਜਾਣਗੇ ਉਨੀ ਦੇਰ ਤੱਕ ਮੈਂ ਜਲੇਬੀਆਂ ਬਣਾਉਣੀ ਆ। ਤੇ ਭੂਆ ਜੀ ਫਿਰ ਸਾਰਿਆਂ ਨੂੰ ਕਹਿ ਦੋ ਕਿ ਚੈਨਲ ਨੂੰ ਬੋਲਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਸੋ ਹੁਣ ਮੈਂ ਚਾਸ਼ਨੀ ਤਾਂ ਬਣਾ ਕੇ ਰੱਖ ਲਈ ਹੈ। ਸੋ ਵੈਲਕਮ ਟੂ ਮਾਈ ਕਿਚਨ। ਸੋ ਦੇਖੋ ਜੀ ਚਾਸ਼ਨੀ ਬਣਾ ਕੇ ਮੈਂ ਹੁਣ ਇਹਦੇ ਵਿੱਚ ਰੱਖ ਲਈ ਹੈ। ਸੋ ਅਸੀਂ ਕੀ ਕਰਾਂਗੇ, ਗਰਮ ਗਰਮ ਜਲੇਬੀਆਂ ਬਣਾ ਕੇ ਫਿਰ ਚਾਸ਼ਨੀ ਦੇ ਵਿੱਚ ਪਾਵਾਂਗੇ ਅਤੇ ਬਾਅਦ ਵਿੱਚ ਖਾਵਾਂਗੇ। ਸੋ ਹੁਣ ਅਸੀਂ ਕਰਦੇ ਹਾਂ ਬੈਟਰ ਰੈਡੀ। ਬੈਟਰ ਵਾਸਤੇ ਮੈਦਾ, ਦਹੀਂ ਅਤੇ ਬੇਕਿੰਗ ਪਾਊਡਰ, ਥੋੜ੍ਹਾ ਜਿਹਾ ਪਾਣੀ ਅਤੇ ਮਿੱਠਾ ਰੰਗ ਆ ਜਾਓ। ਅਸੀਂ ਪਾਵਾਂਗੇ 1 ਕੱਪ ਮੈਦਾ। ਪਹਿਲਾਂ ਥੋੜ੍ਹਾ ਜਿਹਾ ਮੈਦਾ ਪਾ ਹੀ ਲਿਆ ਸੀ। ਸੋ ਡਾਕਟਰ ਸਾਹਿਬ ਤੁਸੀਂ ਪਲੀਜ਼ ਆ ਜਾਓ, ਮੇਰੇ ਨੇੜੇ ਆ ਜਾਓ। ਸੋ ਪਾਵਾਂਗੇ ਹੁਣ ਆਪਾਂ ਦਹੀਂ, ਠੀਕ ਹੈ ਜੀ। ਫਿਰ ਮੈਂ ਥੋੜ੍ਹਾ ਜਿਹਾ ਲਵਾਂਗੀ ਪਾਣੀ। ਹੁਣ ਅਸੀਂ ਪਾਵਾਂਗੇ ਇਹਦੇ 'ਚ ਥੋੜ੍ਹਾ ਜਿਹਾ ਮਿੱਠਾ ਰੰਗ। ਥੋੜ੍ਹਾ ਜਿਹਾ ਪਈ ਭਰਾਵਾ, ਅਰੇ ਥੋੜ੍ਹਾ ਜਿਹਾ, ਥੋੜ੍ਹਾ ਜਿਹਾ। ਹੁਣ ਅਸੀਂ ਪਾਉਣਾ ਜੀ 1 ਟੀਸਪੂਨ ਬੇਕਿੰਗ ਪਾਊਡਰ। ਹੁਣ ਇਹਨੂੰ ਅਸੀਂ ਨਾ ਪਾਈਪਿੰਗ ਬੈਗ ਦੇ ਵਿੱਚ ਇਹਨੂੰ ਪਾਉਣਾ ਹੈ, ਅਤੇ ਉਹ ਪਾਈਪਿੰਗ ਬੈਗ ਮੇਰੇ ਕੋਲ ਹੈ ਨਹੀਂ। ਮੈਂ ਸਕੀਮ ਲਾਈ ਆ, ਬੜੀ ਵਧੀਆ ਲੱਗੇਗੀ। ਕੋਈ ਵੀ ਜਿਵੇਂ ਆਪਣੇ ਕੋਈ ਚੀਜ਼ ਆਉਂਦੀ ਹੈ ਕਿਸੇ ਟਰਾਂਸਪੇਰੈਂਟ ਪੈਕਟ ਦੇ ਵਿੱਚ ਪੈਕ ਹੋ ਕੇ, ਕੋਈ ਵੀ ਚੀਜ਼ ਆਉਂਦੀ ਹੈ ਜਦੋਂ ਆਪਾਂ ਉਹਨੂੰ ਸੁੱਟ ਪੈਕਟ ਨੂੰ ਸੁੱਟਦੇ ਨਹੀਂ, ਲਿਫਾਫੇ ਨੂੰ, ਉਹਦੇ ਵਿੱਚ ਅਸੀਂ ਪਾਉਂਗੇ ਇਹਨੂੰ। ਮੈਂ ਤੁਹਾਨੂੰ ਦੱਸਦੀ ਮੈਂ ਕਿੱਦਾਂ ਬਣਾਉਣਾ। ਆ ਜਾਓ, ਸਟੀਲ ਦਾ ਗਿਲਾਸ ਲੈ ਕੇ, ਜਿਵੇਂ ਆਹ ਪੇਪਰ ਹੁੰਦਾ ਮੈਨੂੰ ਵਾਸ਼ ਕਰ ਲਿਆ ਸੀ, ਇੱਦਾਂ ਦਾ ਲਿਫਾਫਾ। ਸੋ ਇੱਕ ਚੁੰਝ ਇਹਦੀ ਇੱਦਾਂ ਕਰਕੇ ਵਿੱਚ ਰੱਖ ਕੇ, ਸੋ ਆਪਾਂ ਇਹਨੂੰ, ਹਾਏ ਮੇਰਾ ਰੰਗ ਲੱਗ ਰਿਹਾ, ਚਲੋ ਵਧੀਆ ਗੱਲ ਆ, ਇੱਦਾਂ ਕਰ ਲਾਂਗੇ ਰੋਪਾਂ। ਸਾਡਾ ਪਾਈਪਿੰਗ ਬੈਗ ਹੀ ਰੈਡੀ। ਮੈਂ ਹੁਣ ਬਣਾ ਰਹੀ ਹਾਂ ਦੇਸੀ ਘਿਓ ਦੇ ਵਿੱਚ। ਸੋ ਤੇਲ, ਮਤਲਬ ਦੇਸੀ ਘਿਓ ਗਰਮ ਹੋ ਚੁੱਕਾ ਹੈ। ਜੇ ਤੁਸੀਂ ਦੇਸੀ ਘਿਓ ਦੇ ਵਿੱਚ ਬਣਾਓਗੇ ਤਾਂ ਬਹੁਤ ਵਧੀਆ ਬਣਨਗੀਆਂ, ਬਹੁਤ ਟੇਸਟੀ ਬਣਨਗੀਆਂ, ਕਿਉਂਕਿ ਕ੍ਰਿਸਪੀ ਬਣਦੀਆਂ, ਥੋੜ੍ਹੀਆਂ ਜਿਹੀਆਂ ਕ੍ਰਿਸਪੀ ਬਣਨਗੀਆਂ, ਯੰਮੀ ਬਣਨਗੀਆਂ। ਪਰ ਰਿਫਾਈਨਡ ਦੇ ਵਿੱਚ ਤਾਂ ਮੈਂ ਕਹੂੰਗੀ ਕਦੇ ਨਾ ਬਣਾਇਓ। ਸੋ ਤੁਸੀਂ ਦੇਸੀ ਘਿਓ ਯੂਜ਼ ਕਰ ਸਕਦੇ ਹੋ, ਹੋਰ ਕੋਈ ਵੈਜੀਟੇਬਲ ਆਇਲ ਯੂਜ਼ ਕਰਨਾ ਉਹ ਕਰ ਸਕਦੇ ਹੋ। ਸੋ ਹੁਣ ਦੇਖਦੇ ਹਾਂ ਕਿੱਦਾਂ ਕਿੱਦਾਂ ਬਣਦਾ, ਕੀ ਬਣਦਾ। ਸੋ ਲੈਟਸ ਟਰਾਈ। ਇਹਨੂੰ ਮੈਂ ਥੋੜ੍ਹਾ ਜਿਹਾ ਕੱਟ ਕਰਾਂਗੀ, ਹਲਕਾ ਜਿਹਾ ਹੋ ਤਾਂ ਗਿਆ, ਮੋਟਾ ਤਾਂ ਨਹੀਂ ਕੱਟਿਆ ਗਿਆ। ਸੋ ਦਿਸ ਵੇ ਜ਼ਿਆਦਾ ਪਤਲਾ ਹੋ ਗਿਆ ਬੈਟਰ, ਇਹ ਤਾਂ ਜ਼ਿਆਦਾ ਪਤਲਾ ਹੋ ਗਿਆ। ਗੁਰਜੀਤ ਨਾਲ ਬੜੀ ਹੋਈ।
ਬਟ ਕੋਈ ਗੱਲ ਨਹੀਂ, ਜੇ ਪਤਲਾ ਹੋ ਗਿਆ ਹੁਣ ਆਪਾਂ ਇਹਨੂੰ ਦੁਬਾਰਾ ਬਾਹਰ ਕੱਢ ਕੇ ਮੈਦਾ ਵੀ ਪਾ ਸਕਦੇ ਹਾਂ, ਬਟ ਸਟਿਲ ਦੇਖਦੇ ਹਾਂ ਜੇ ਪਤਲੇ ਵਿੱਚ ਕਿੱਦਾਂ ਬਣਦਾ। ਮੇਰਾ ਤਾਂ ਥੋੜ੍ਹਾ ਜਿਹਾ ਬੈਟਰ ਪਤਲਾ ਹੋ ਗਿਆ ਲੱਗਦਾ। 1 2 3 4 ਇਹ ਤਾਂ ਡਿਜ਼ਾਈਨ ਵਾਲੀਆਂ ਜਲੇਬੀਆਂ ਗੁਰਜੀਤ ਜੀ, ਡਿਜ਼ਾਈਨ ਵਾਲੀ ਜਲੇਬੀਆਂ ਨਹੀਂ ਬਣ ਗਈਆਂ। ਓਕੇ ਜੀ, ਥੋੜ੍ਹਾ ਜਿਹਾ ਪਤਲਾ ਹੋ ਗਿਆ ਮੇਰਾ ਬੈਟਰ, ਸੋ ਮੈਂ ਹੁਣ ਕੀ ਕਰਦੀ ਹਾਂ, ਆਨਣ ਉੱਤੇ ਬਣਾ ਲੈਂਦੀ ਹਾਂ ਅਤੇ ਇਹ ਬੈਟਰ ਨੂੰ ਕੱਢ ਕੇ ਆਪਾਂ ਦੁਬਾਰਾ ਇਹਦੇ ਵਿੱਚ ਥੋੜ੍ਹਾ ਜਿਹਾ ਮੈਦਾ ਪਾ ਲਾਂਗੇ। ਸੋ ਅਸੀਂ ਉਹਨੂੰ ਮੈਦਾ ਪਾ ਕੇ ਥੋੜ੍ਹਾ ਜਿਹਾ ਉਹਨੂੰ ਹਾਰਡ ਬਣਾ ਲਾਂਗੇ, ਰਾਈਟ। ਥੋੜ੍ਹਾ ਜਿਹਾ ਮੈਦਾ ਹੋਰ ਪਾਊਂਗੀ, ਪਤਾ ਇੱਦਾਂ ਹੋ ਜਾਂਦਾ ਹੈ ਕਿਉਂਕਿ ਕਈ ਵਾਰੀ ਮੈਦਾ ਪਤਲਾ ਰਹਿ ਜਾਂਦਾ ਹੈ, ਸੋ ਤੁਹਾਡੀ ਜਿਹੜੀ ਜਲੇਬੀ ਹੈ ਉਹ ਅੱਛੀ ਬਣ ਤਾਂ ਜਾਂਦੀ ਹੈ ਬਟ ਥੋੜ੍ਹੀ ਜਿਹੀ ਕ੍ਰਿਸਪ ਘੱਟ ਬਣਦੀ ਆ। ਹੁਣ ਮੈਂ ਇਹਦੇ ਵਿੱਚ ਵਾਪਸ ਟ੍ਰਾਂਸਫਰ ਕਰ ਰਹੀ ਹਾਂ, ਥੋੜ੍ਹਾ ਜਿਹਾ ਅਸੀਂ ਇਹਦੇ ਵਿੱਚ ਮੈਦਾ ਪਾਵਾਂਗੇ। ਹੁਣ ਮੈਂ ਇਹਦੇ ਵਿੱਚ ਮੈਦਾ ਪਾਇਆ ਜੀ 2-3 ਚਮਚ, ਥੋੜ੍ਹਾ ਜਿਹਾ ਇਹਨੂੰ ਹਾਰਡ ਕਰਿਆ। ਸੋ ਇੱਦਾਂ ਦਾ ਬੈਟਰ, ਹਾਂ ਇੱਦਾਂ ਦਾ ਚਾਹੀਦਾ, ਪਹਿਲਾਂ ਥੋੜ੍ਹਾ ਜਿਹਾ ਪਤਲਾ ਹੋ ਗਿਆ ਸੀ। ਸੋ ਲੈਟਸ ਬਿਗਿਨ ਅਗੇਨ। ਸੋ ਮੈਂ ਥੋੜ੍ਹਾ ਜਿਹਾ ਹੁਣ ਮੈਦਾ ਪਾ ਕੇ ਇਹਨੂੰ ਸੰਘਣਾ ਕਰਿਆ, ਹੁਣ ਦੇਖਦੇ ਹਾਂ ਕੀ ਬਣਦਾ। ਆ ਜਾਓ, ਸਾਡੀਆਂ ਜਲੇਬੀਆਂ ਬਣ ਕੇ ਪਹਿਲਾਂ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਂਦੇ ਹਾਂ। ਇੱਕਦਮ ਚਾਸ਼ਨੀ 'ਚ ਮੈਂ ਪਾਈਆਂ ਸੀ ਬਟ ਮੈਨੂੰ ਲੱਗਦਾ ਉਹਦੇ ਨਾਲ ਥੋੜ੍ਹੀ ਸੌਫਟ ਹੋ ਜਾਂਦੀਆਂ ਨੇ, ਪਹਿਲਾਂ ਅਸੀਂ ਕੱਢ ਲੈਂਦੇ ਹਾਂ ਬਾਹਰ। ਸੋ ਟਿਪ ਕਰਾਂਗੇ ਫੋਰ ਫਿਊ ਸੈਕਿੰਡ, ਲੈਂਦੀਆਂ ਨੇ ਚੂਸ ਲੈਂਦੀਆਂ ਨੇ। ਗਰਮੀ ਵੀ ਬਹੁਤ ਲੱਗ ਰਹੀ ਹੈ ਬਟ ਯਮੀ ਯਮੀ ਜਲੇਬੀਆਂ ਬਣ ਗਈਆਂ। ਪਹਿਲੀ ਵਾਰੀ ਸਾਡਾ ਬੈਟਰ ਥੋੜ੍ਹਾ ਪਤਲਾ ਹੋ ਗਿਆ ਸੀ ਅਤੇ ਹੁਣ ਥੋੜ੍ਹਾ ਜਿਹਾ ਠੀਕ ਹੈ। ਲਓ ਜੀ, ਯੰਮੀ ਯੰਮੀ ਜਲੇਬੀਆਂ ਬਣ ਗਈਆਂ, ਮੈਂ ਤਾਂ ਫਟਾਫਟ ਲੈ ਕੇ ਬਾਹਰ ਆ ਗਈ ਕਿਉਂਕਿ ਮੰਮੀ ਅਤੇ ਸਿਸਟਰ ਬਾਹਰ ਬੈਠੇ ਨੇ, ਮੈਂ ਮਤਲਬ ਖਾ ਤਾਂ ਲਵਾਂ ਕਿੱਦਾਂ ਦੀਆਂ ਨੇ। ਗੁਰਜੀਤ ਜੀ ਖਾ ਕੇ ਖਾ। ਓ ਮਾਤੇ ਬਣ ਗਈ, ਓ ਗੰਦਿਆ ਯੰਮੀ ਯੰਮੀ ਜਲੇਬੀਆਂ, ਖਾ ਕੇ ਦੇਖੋ ਤਾਂ ਮੈਨੂੰ ਦੱਸੋ ਕਿੱਦਾਂ ਬਣੀ। ਲਓ ਜੀ, ਮਰਿੰਡੇ ਨੇ ਇੱਕ ਮਸ਼ਹੂਰ ਹੈ ਪ੍ਰਕਾਸ਼ ਭਈਆ, ਉਹ ਬਹੁਤ ਵਧੀਆ ਬਣਾਉਂਦਾ, ਮਤਲਬ ਉਦੋਂ ਦੇ ਖਾਂਦੇ ਆ। ਸ਼ਹਿਰ ਮਰਿੰਡੇ ਦੇ ਵਿੱਚ ਨਾ ਪ੍ਰਕਾਸ਼ ਭਈਆ ਆਉਂਦਾ ਸੀਗਾ ਇੱਕ ਬਾਈ, ਉਹ ਬਣਾਉਂਦਾ ਹੁੰਦਾ ਏਦਾਂ ਹੀ ਕ੍ਰੰਚੀ। ਹੱਥ ਕੜਾ ਹੋ ਗਿਆ ਲਈ ਓਦਾਂ ਮਿੱਠਾ ਦਿੰਦੇ ਨੀ, ਪਰ ਹੁਣ ਉਹਨੇ ਬਹੁਤ 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 ਸੋਹਣਾ ਮੂੰਹ ਬਣਾਇਆ ਸੀ, ਕੁੱਤੇ ਨੂੰ ਮਿੱਠਾ ਦੇਣਾ ਨਹੀਂ ਚਾਹੀਦਾ। ਐਗਜੈਕਟਲੀ, ਚਲੀ ਫਿਰ ਬਾਏ ਬਾਏ ਕਰੀਏ। ਬਾਏ ਬਾਏ, ਤੁਸੀਂ ਵੀ ਬਣਾਇਓ, ਬੜੀਆਂ ਸਵਾਦ ਬਣੀਆਂ ਨੇ। ਐਂਡ ਮੰਮਾ ਕਹਿ ਦਿਓ ਫਿਰ ਸਬਸਕ੍ਰਾਈਬ ਕਰਿਓ,
ਸਾਡੇ ਚੈਨਲ ਨੂੰ ਵੀਡੀਓ ਲਾਈਕ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸੋ ਜਸਪਿੰਦਰ ਚੀਮਾ ਵਰਲਡ ਨਵਾਂ ਚੈਨਲ ਤੇ ਮਿੱਠੇ ਨਾਲ ਸ਼ੁਰੂਆਤ ਕੀਤੀ ਹੈ ਜੀ ਲਾਈਕ ਕਰੋ ਬੋਲੋ ਲਾਈਕ ਕਰੋ ਛੋਟ ਜੱਗੇ ਆਓ ਲਾਈਕ ਕਰੋ ਇਧਰ ਆਓ ਹਾਂਜੀ ਹਾਂਜੀ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਮੈਂ ਹੁਣ ਪਾਪਾ ਨੂੰ ਦੇਖ ਕੇ ਆਉਂਦੀ ਹਾਂ ਕਿਉਂਕਿ ਪਾਪਾ ਦਾ ਹਿੱਸਾ ਰਹਿ ਗਿਆ ਉਹਨਾਂ ਨੇ ਕਹਿਣਾ ਮੈਨੂੰ ਦਿੱਤੀਆਂ ਨਹੀਂ ਪਾਪਾ ਅੰਦਰ ਬੈਠੇ ਸੋ ਬਾਏ ਬਾਏ ਸੀ ਯੂ ਇਨ ਨੈਕਸਟ ਵਲੌਗ ਬਾਏ ਬਾਏ